ਇਹ ਵੀਡੀਓ ਸਾਰੇ ਪਾਸੇ ਪਚਾਓ ਜੀ ਸਾਰੇ ਦਿਖਾਓ ਤੇ ਸਾਰਿਆਂ ਨੂੰ ਇੱਕ ਸਵਾਲ ਪੁੱਛਦਾ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ ਜਿਹੜਾ 911 ਅੱਜ ਦੇ ਦਿਨ ਅਟੈਕ ਹੋਇਆ ਸੀ ਅਮਰੀਕਾ ਨੇ ਆਪ ਕਰਾਇਆ ਸੀ ਜਾਂ ਨਹੀਂ ਜੇ ਤੁਹਾਨੂੰ ਮਹਿਸੂਸ ਹੁੰਦਾ ਅਮਰੀਕਾ ਨੇ ਆਪ ਕਰਾਇਆ ਜੈਸ ਲਿਖੋ ਜੇ ਮਹਿਸੂਸ ਹੁੰਦਾ ਅਤਵਾਦੀਆਂ ਨੇ ਕੀਤਾ ਨੋ ਲਿਖੋ ਤੇ ਸਾਰੇ ਜੈਸ ਲਿਖਿਓ ਜਿਨ੍ਹਾਂ ਨੂੰ ਮਹਿਸੂਸ ਹੁੰਦਾ ਅਮਰੀਕਾ ਨੇ ਆਪ ਕਰਾਇਆ ਮੈਂ ਕਹਿੰਦਾ ਅਮਰੀਕਾ ਨੇ ਆਪ ਕਰਾਇਆ ਸੀ ਤੁਹਾਨੂੰ ਤੱਥ ਦਿਖਾਉਣਾ ਦੀਨ ਦੁਨੀਆਦਾਰੀ ਦੇ ਸਾਰੇ ਪਾਸੇ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਇਹ ਹੈਗਾ ਜੀ ਜਦੋਂ ਅਮਰੀਕਾ ਤੇ ਅਟੈਕ ਹੋਇਆ ਸੀਗਾ ਇਸ ਸਪੇਸ ਤੋਂ ਤਸਵੀਰਾਂ ਤੁਹਾਨੂੰ ਪਤਾ ਵੀ ਮੈਂ ਐਡਮੰਟਨ ਆਇਆ ਹੋਇਆ ਸੋ ਅੱਜ ਵੱਡੀ ਸਕਰੀਨ ਤੇ ਨਹੀਂ ਇਸ ਤਰ੍ਹਾਂ ਹੀ ਤੁਹਾਨੂੰ ਦਿਖਾਉਣਾ ਹੈ ਤੇ ਤੁਹਾਡੇ ਨਾਲ ਇੱਕ ਸ਼ਿਕਵਾਈ ਵੀ ਆ ਤੇ ਆ ਦੇਖ ਹਰੇ ਤੇ ਆਪਣੇ ਐਵੇਂ ਹੀ ਦਸਾਂ ਬੀਹਾਂ ਦਾ ਝੱਗਾ ਪਾ ਕੇ ਫੁਗਰੀ ਮਾਰਦੇ ਰਹਿੰਦੇ ਟਿਕਟੌਕ ਦੇ ਵੀ ਮੇਕੋ ਆ ਆ ਮੇਕੋ ਆ ਆ ਬੰਦਾ ਦੁਨੀਆ ਦਾ ਪਹਿਲਾ ਇਨਸਾਨ ਹੋ ਗਿਆ ਜਿਸ ਨੇ ਕਿ ਹੇਅਰ ਸੋਨੇ ਦੇ ਲਵਾਏ ਆ ਦੇਖ ਸਕਦੇ ਜੀ ਝਾਟਾਂ ਖਿਲਰ ਰਿਹਾ ਹੋਇਆ ਇਹ ਸੋਨੇ ਦੇ ਆ ਜੀ ਤੇ ਚੀਨੀ ਦੇਖੋ ਤੇ ਇਹ ਮੈਕਸੀਕੋ ਦਾ ਰੈਪਰ ਆ ਤਾਂ ਹੀ ਮੈਂ ਕਹਿਣਾ ਹੁੰਨਾ ਭਰਾਵੋ ਸੋਚ ਵੱਡੀ ਕਰੋ ਆਪਣੇ ਵਾਲੇ ਤਾਂ ਟਿਕਟੌਕ ਦੇ ਬੀਹਾਂ ਪਜਾਂਦਾ ਝੱਗਾ 벨ਟ ਲਾ ਕੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂਗਾ ਸੋਨੇ ਦੇ ਹੇਅਰ ਆ ਇਹ ਸਾਰੇ ਸੋਨੇ ਚਾਂਦੀ ਦੇ ਦੇਖ ਸਕਦੇ ਆ ਜੀ ਮੈਕਸੀਕੋ ਦਾ ਰੈਪਰ ਆ ਆ ਦੇਖੋ ਆ ਦੇ ਨਾਲੇ ਉੱਦੈ ਨਹੀਂ ਪਈ ਮਤਲਬ ਪਈ ਫੈਬੀਕੋਲ ਨਾ ਨਹੀਂ ਚਪਕਾਉਂਦੇ ਨੇ ਐਂ ਡਾਕਟਰਾਂ ਤੋਂ ਸਾਰਾ ਕੁਝ ਜੜਾ ਲਵਾਈਆਂ ਸਾਰਾ ਕੁਝ ਕੀਤਾ ਹੈ ਬਾਈ ਜੀ ਆ ਦੇਖੋ ਆ ਹੀਰੇ ਚਮਕਦੇ ਕਿ ਨਹੀਂ ਚਮਕਦੇ ਪਤਾ ਨਹੀਂ ਕਿੰਨੇ 100 ਕਰੋੜ ਰੁਪਏ ਦੇ ਨੇ ਲਵਾਏ ਆ ਸੋ ਦੁਨੀਆ ਪਰੇ ਤੋਂ ਬਰੇ ਆ ਤੇ ਲੋਕ ਖਰੇ ਤੋਂ ਖਰੇ ਜਿਨ੍ਹਾਂ ਨੇ ਕੁਝ ਦੇਖਿਆ ਨਹੀਂ ਉਹ ਹੀ ਬੀਆਂ ਪਜਾਹਾਂ ਦਾ ਝੱਗਾ ਪਾ ਕੇ 벨ਟ ਜੀ ਲਾ ਕੇ ਜੀ ਸਾਡੇ ਵਰਗਾ ਕੋਈ ਹੈ ਹੀ ਨਹੀਂਗਾ ਚੱਕਰ ਗਿਓ ਖੂ ਦਾ ਡੱਡੂ ਖੂ ਵਾਲੀ ਗੱਲੀ ਹੁੰਦੇ ਡੱਡੂ ਨੇ ਖੂ ਤੋਂ ਵਾਰ ਕੋ ਦੇਖਿਆ ਨਹੀਂ ਹੁੰਦਾ ਵੀ ਦੁਨੀਆ ਕਿੱਥੇ ਤੁਰੀ ਫਿਰਦੀ ਆ ਸੋ ਜੀ ਬਾਕੀ ਇੱਕ ਪਹਿਲਾਂ ਤਸਵੀਰ ਦਿਖਾਉਣਾ ਆ ਵਾਲੀ ਫੇਰ ਉਹ ਦਿਖਾਉਣਾ ਮਾਰ ਕੇ ਵੀ ਦੁਨੀਆ ਚ ਕਿਹੜੀ ਕੰਪਨੀ ਸਾਰੇਆਂ ਜਾਂ ਵੱਡੀਆਂ ਐਨਕਾਂ ਦੇ ਮਾਰ ਕੇ ਬਣਾਉਂਦੀ ਆ ਫੇਸਬੁੱਕ ਵਾਲਿਆਂ ਨੇ ਐਨਕਾਂ ਲਾਂਚ ਕੀਤੀਆਂ ਤੇ ਕੰਪਨੀ ਦਾ ਵੈਸੇ ਆ ਜਿਹੜੀ ਰੇਵਨ ਨੇ ਸਾਰਿਆਂ ਨੂੰ ਪਤਾਇਆ ਲਿਖਿਆ ਇਹ ਨਾ ਹੋਣਾ ਪਰ ਇਹ ਐਨਕਾਂ ਫੇਸਬੁੱਕ ਦੀਆਂ ਇਹਨਾਂ ਐਨਕਾਂ ਦੀ ਖਾਸੀਅਤ ਕੀ ਆ ਤੇ ਇਟਲੀ ਦੀ ਸਰਕਾਰ ਨੇ ਮਾਰਕ ਨੂੰ ਜੁਕਰਵਾਰਗ ਨੂੰ ਫੇਸਬੁੱਕ ਦੇ ਮਾਲਕ ਨੂੰ ਕਿਹਾ ਵੀ ਬਾਈ ਜੀ ਸਾਨੂੰ ਦੱਸ ਸਕਦੇ ਆ ਇਹ ਐਨਕਾ ਆ ਤੇ ਤੁਹਾਨੂੰ ਦਿਖਾਉਣਾ ਇਹਨਾਂ ਦਾ ਕੰਮ ਕੀ ਆ ਤੇ ਤੁਸੀਂ ਵੀ ਖਰੀਦ ਸਕਦੇ ਆ ਔਨਲਾਈਨ ਇਹ ਨਵੀਆਂ ਐਨਕਾਂ ਪੇਸ਼ ਕੀਤੀਆਂ ਫੇਸਬੁੱਕ ਨੇ ਆ ਦੇਖੋ ਫੇਸਬੁੱਕ ਦੇ ਮਾਲਕ ਨੇ ਲਾਈਆਂ ਹੋਈਆਂ ਤੇ ਇਹਨਾਂ ਚ ਕੀ ਆ ਜੀ ਇਨ ਵਿੱਚ ਕੈਮਰਾ ਲੱਗਾ ਹੋਇਆ ਦੇਖ ਸਕਦੇ ਆ ਇਹਨਾਂ ਨਾਲ ਤੁਸੀਂ ਕਿਸੇ ਦੀਆਂ ਵੀ ਤੁਰੇ ਜਾਂਦੇ ਦੀਆਂ ਤਸਵੀਰਾਂ ਖਿੱਚ ਸਕਦੇ ਕਿਸੇ ਨੂੰ ਮੈਸੇਜਸ ਮਹਿਸੂਸ ਨਹੀਂ ਹੋਣਾ ਸਾਡੀ ਤਸਵੀਰ ਖਿੱਚੀ ਗਈ ਆ ਕਿਸੇ ਦੀ ਵੀ ਵੀਡੀਓ ਤੁਸੀਂ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਯਾਰ ਐਨ ਕਾਂਜ ਕੈਮਰਾ ਲੱਗਿਆ ਸਿੱਧੀ ਗੱਲ ਆ ਨਾਲ ਦੀ ਨਾਲ ਫੇਸਬੁੱਕ ਇੰਸਟਾਗ੍ਰam ਵਟਸਐਪ ਕਿਤੇ ਵੀ ਤੁਸੀਂ ਪੋਸਟ ਕਰ ਸਕਦੇ ਆ ਤੇ ਇਹ ਆਨਲਾਈਨ ਮੇਲਣ ਲੱਪਈਆਂ ਮੈਂ ਵੀ ਖਰੀਦ ਕੇ ਦੇਖੂਗਾ ਕੀ ਹਿਸਾਬ ਕਿਤਾਬ ਆ ਤੇ ਮੈਂ ਲੈਣੀ ਆ ਮੁੱਲ ਦੇਖਦੇ ਆ ਹਨਾ ਤੇ ਫੇਸਬੁੱਕ ਨੇ ਲਾਂਚ ਕੀਤੀਆਂ ਆ ਜੀ ਬਣਾਉਣੀਆਂ ਰੇਵਨ ਵਾਲਿਆਂ ਨੇ ਆ ਤੇ ਮਾਰਕਾ ਫੇਸਬੁੱਕ ਦਾ ਹਨਾ ਤੇ ਤੁਹਾਨੂੰ ਦਿਖਾਉਣੇ ਆ ਜੀ ਦੁਨੀਆ ਚ ਸਭ ਤੋਂ ਜ਼ਿਆਦਾ ਚੱਕਰਬਤਾ ਕੀ ਹੁਣ ਕਾਰਾਂ ਆ ਹੁਣ ਬਾਕਸ ਵੈਗਨ ਕੋ ਪਤਾ ਨਹੀਂ ਕਿੰਨੀਆਂ ਕੰਪਨੀਆਂ ਆ ਬਾਕਸ ਵੈਗਨ ਦੇ ਕੋਲ ਇਸ ਤਰ੍ਹਾਂ ਹੀ ਆ ਜਿੰਨੇ ਵੀ ਆ ਸਾਰੇ ਮਾਰਕੇ ਆ ਬਾਈ ਜੀ ਇੱਕੋ ਹੀ ਕੰਪਨੀ ਬਣਾਉਂਦੀ ਆ ਹਾਂਜੀ ਸਹੀ ਸੁਣਿਆ ਤੁਸੀਂ ਇਹ ਦੇਖ ਲਓ ਮਹਿੰਗੇ ਮਹਿੰਗੇ ਮਾਰਕੇ ਕਈ ਮਤਲਬ ਕਈ ਇਹਨਾਂ ਚ ਕਈ ਕੰਪਨੀਆਂ ਨੂੰ ਉਹ ਓਨ ਕਰਦੇ ਆ ਹਨ ਜਿਹੜੀ ਕੰਪਨੀ ਇਹ ਸਾਰਾ ਕੁਝ ਕਰਦੀ ਆ ਉਹ ਮਾਲਕਿਆ ਇਹਨਾਂ ਚ ਕਈ ਕੰਪਨੀਆਂ ਤੇ ਕਈ ਕਈ ਕੰਪਨੀਆਂ ਦੇ ਉਹ ਸ਼ੀਸ਼ੇ ਤਿਆਰ ਕਰਕੇ ਦਿੰਦੀ ਆ ਕਈਆਂ ਦਾ ਕੋਸ਼ਾ ਦੇਖੋ ਆ ਦੁਨੀਆ ਦੇ ਸਭ ਤੋਂ ਵੱਡੇ ਵੱਡੇ ਮਾਰ ਕੇ ਐਨਕਾ ਆਲੇ ਤੁਹਾਡੇ ਕੋ ਕਿਹੜੀਆਂ ਐਨਕਾ ਮਾਰ ਜਾਂ ਦੱਸਿਓ ਤਾਂ ਸਾਕੋ ਦਾ ਪ੍ਰਭੂ ਮੈਂ ਤਾਂ ਕਰੇਰਾ ਵਾਲੀਆਂ ਹੀ ਹੁੰਦੀਆਂ ਮੇ ਕੋ 100 ਡਾਲਰ ਵਾਲੀਆਂ ਸਾਤੀਆਂ ਜੀ ਤੁਸੀਂ ਵੀ ਲਿਖ ਸਕਦੇ ਹੋ ਤੁਹਾਡੇ ਕੋ ਕਿਹੜੇ ਮਾਰ ਕੇ ਦੀ ਐਨਕਾ ਕਮੈਂਟਾਂ ਚ ਸੋ ਜਿਹੜੀ ਇਹ ਕੰਪਨੀ ਹੈ ਦੇਖੋ ਰੇਵਨ ਨੂੰ ਵੀ ਓਨ ਕਰਦੀ ਆ ਹਨਾ ਸਾਰੀਆਂ ਕੰਪਨੀਆਂ ਨੂੰ ਓਨ ਕਰਦੀ ਤੇ ਇਹਨਾਂ ਕੰਪਨੀਆਂ ਦਾ ਸਮਾਨ ਇਹਨਾਂ ਦਾ ਰੈਡੀ ਕਰਕੇ ਦਿੰਦੀ ਆ ਸੋ ਦੁਨੀਆ ਦੀ ਇਹ ਹੀ ਆ ਮਸ਼ਹੂਰ ਕੰਪਨੀਆਂ ਹਨਾ ਪ੍ਰਾਡਾ ਚਿਸਚੇਨੇਲ ਰਮਾਨੀ ਪਰ ਇੱਕ ਤੱਤ ਤੁਹਾਨੂੰ ਇਹ ਵੀ ਦੱਸਾਂ ਹਰ ਇੱਕ ਗੱਲ 'ਚ ਤੱਤ ਝੂਪੇ ਹੁੰਦੇ ਹੁਣ ਦੇਖੋ ਜੀ ਰਮਾਨੀ ਦੋ ਵਾਰ ਲਿਖਿਆ ਹੋਇਆ ਹਨਾ ਜਿਓਰਜੀਓ ਰਮਾਨੀ ਤੇ ਇੱਕ ਐਮਪਰੀਓ ਹੈਦਾਂ ਦਾ ਕੁਛ ਹਨਾ ਤੇ ਇਹ ਕਿੱਦਾਂ ਆ ਭੀ ਰਮਾਨੀ ਦੋ ਕਿੱਦਾਂ ਆ ਦੇਖੋ ਹਨਾ ਤੁਸੀਂ ਵੀ ਨੋਟਿਸ ਕੀਤਾ ਹੋਣਾ ਇੱਕ ਜਗ੍ਹਾ ਹੁੰਦਾ ਜਿਓਰਜੀਓ ਰਮਾਨੀ ਇੱਕ ਜਗ੍ਹਾ ਹੁੰਦਾ ਐਂਪੂਰੀਓ ਐਰਮਾਨੀ ਹੈਗਾ ਤਾਂ ਇਟਲੀ ਦਾ ਹੀ ਮਾਰਕਾ ਆ ਫਿਰ ਇਹ ਦੋਰਮਾਨੀ ਕੌਣ ਆ ਇਹਦਾ ਤੱਥ ਵੱਡੀ ਸਕਰੀਨ ਤੇ ਸਾਰਾ ਐਕਸਪਲੇਨ ਕਰਾਂਗੇ ਵੀ ਦੋ ਤਰ੍ਹਾਂ ਦਾ ਰਮਾਨੀ ਕਿਉਂ ਲਿਖਿਆ ਜਾਂਦਾ ਹੈ ਨਾ ਸੋ ਆਪਾਂ ਕਦੀ ਸੋਚਿਆ ਨਹੀਂ ਤੇ ਦੱਸਾਂਗੇ ਕੋਈ ਨਹੀਂ ਸੋ ਇਹਨਾਂ ਸਾਰਿਆਂ ਮਾਰਕਿਆਂ ਨੂੰ ਇਹਨਾਂ ਨੂੰ ਓਨ ਕਰਦੀ ਇਹਨਾਂ ਦੀ ਮਾਲਕ ਆ ਤੇ ਇਹਨਾਂ ਦੇ ਐਨਕਾਂ ਤਿਆਰ ਕਰਦੀ ਆ ਉਹ ਕਿਹੜੀ ਕੰਪਨੀ ਆ ਤੇ ਉਮੀਦ ਦੱਸਦੇ ਆ ਤੇ ਆ ਜਾਓ ਜੀ ਗਾਹ ਆ ਜਾਓ ਹੁਣ ਤੇ ਇੱਕ ਸਕਿੰਟ ਤੇ ਹਾਂਜੀ ਰਨਾਲਡ ਉਸਦਾਦ ਨੇ ਆਉਂਦੇ ਨੇ ਪਹਿਲੇ ਮੈਚ ਜੀ ਗੋਲ ਕਰਤਾ ਤੂੰ ਆ ਲਿਵਿੰਗ ਲੇਜੈਂਡ ਇਹ ਹੁੰਦਾ ਜੀ ਲੇਜੈਂਡ ਗੋਟ ਗੋਟ ਭਾਵ ਗ੍ਰੇਟੈਸਟ ਆਫ ਆਲ ਟਾਈਮ ਸਹੀ ਗੱਲ ਆ ਤੂੰ ਏਲੀਅਨ ਆਂ ਹੀ ਆ ਭਰਾਵਾ ਤੇਰੇ ਦਾ ਨਾ ਜੰਮਿਆ ਸੀ ਨਾ ਜੰਮਿਆ ਆ ਤੇ ਇਨ ਫਿਊਚਰ ਦਾ ਪਤਾ ਨਹੀਂ ਹੁੰਦਾ ਹਨਾ ਫਿਊਚਰ ਚ ਪਤਾ ਨਹੀਂ ਕੀ ਹੋਣਾ ਜੰਮ ਵੀ ਸਕਦਾ ਤੇ ਹਾਂਜੀ ਐਨਕਾ ਦੀ ਗੱਲ ਤੁਰੀ ਬਾਈ ਜੀ ਚੀਨ 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 ਤੇ ਬਾਕੀ ਸੱਚ ਇੱਥੇ ਡਮਿੰਟਨ ਆਇਆ ਹੋਇਆ ਆ ਤੇ ਆਪਣੇ ਜਸਵਿੰਦਰ ਸਿੰਘ ਜੀ ਰਹਿੰਦੇ ਆ ਚੰਡੀਗੜ੍ਹ ਰੋਡ ਤੇ ਲੁਧਿਆਣੇ ਸ਼ਹਿਰ ਚ ਉਹਨਾਂ ਦੀ ਧੀ ਰਾਣੀ ਇੱਥੇ ਮਿਲੀ ਤੇ ਜਸਵਿੰਦਰ ਸਿੰਘ ਜੀ ਨਾਲ ਵੀਡੀਓ ਕਾਲ ਤੇ ਗੱਲ ਕਰਾਈ ਭਾਜੀ ਉਹਨਾਂ ਨਾਲ ਤੇ ਬਹੁਤ ਖੁਸ਼ੀ ਹੋਈ ਉਹਨਾਂ ਦੀ ਧੀ ਰਾਣੀ ਸਿੱਖੀ ਸਰੂਪ ਚ ਥੇ ਐਡਮਿੰਟਨ ਚ ਰਹਿੰਦੀ ਆ ਬਹੁਤ ਵਧੀਆ ਲੱਗਿਆ ਜਸਵਿੰਦਰ ਸਿੰਘ ਬਾਜੀ ਨਾਲ ਗੱਲ ਕਰਕੇ ਲੁਧਿਆਣੇ ਵਾਲੇ ਚੰਡੀਗੜ੍ਹ ਰੋਡ ਵਾਲੇ ਜਸਵਿੰਦਰ ਸਿੰਘ ਜੱਸਾ ਬਾਜੀ ਤੇ ਤੁਹਾਡਾ ਸਾਰਾ ਸ਼ੁਕਰੀਆ ਬਹੁਤ ਵਧੀਆ ਪਰਿਵਾਰ ਤੁਹਾਡਾ ਸਾਰਾ ਤੇ ਹਾਂਜੀ ਚੀਨ ਦੀ ਪੁਲਿਸ ਕੋ ਬਾਈ ਜੀ ਐਨਕਾ ਇਦਾਂ ਦੀਆਂ ਆ ਭਈ ਆਪਣੇ ਜਿੱਦਾਂ ਮੇਲੇ ਨਹੀਂ ਲੱਗਦੇ ਹੁੰਦੇ ਹਨਾ ਭਈ ਨਹੀਂ ਪੁਲਿਸ ਵਾਲਿਆਂ ਨੇ ਕੋਈ ਮਤਲਬ ਕਿਸੇ ਅਪਰਾਧੀ ਨੂੰ ਚੱਕਣਾ ਹੁੰਦਾ ਜਿਹੜਾ ਵੀ ਇਸ ਐਨਕਾ ਦੇ ਮਿਉਰੇ ਆ ਗਿਆ ਭਾਵੇਂ ਲੱਖਾਂ ਦਾ ਮੇਲਾ ਹੋਵੇ ਭਾਵੇਂ ਕੁੰਬ ਦਾ ਮੇਲਾ ਹੋਵੇ ਕਰੋੜਾਂ ਦਾ ਜਿੰਨੇ ਮਰਜ਼ੀ ਲੋਕ ਹੋਣ ਜਾਈ AI ਹੈ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਨਾ ਪਤਾ ਜਿੰਨਾਂ ਨੂੰ ਹੋਣਾ ਵੀ ਉਹ ਕੀ ਹੁੰਦੀ ਆ ਇਹਨਾਂ ਦੇ ਕੈਮਰੇ ਚ ਬਾਈ ਜੀ ਸਿਸਟਮ ਇਦਾਂ ਦਾ ਲੱਗਿਆ ਹੁਣ ਮੈਂ ਇਹਨਾਂ ਦੇ ਕੈਮਰੇ ਅੱਗੇ ਉਹ ਲੰਘਿਆ ਮੈਂ ਕੋਈ ਅਪਰਾਧ ਕੀਤਾ ਮੇਰਾ ਅਪਰਾਧਿਕ ਰਿਕਾਰਡ ਆ ਇਹਨਾਂ ਦੇ ਥਾਣੇ ਚ ਨਾਲ ਦੀ ਨਾਲ ਬਾਈ ਜੀ ਇਹਨਾਂ ਦੀਆਂ ਅੱਖਾਂ ਦੇ ਕੈਮਰੇ ਨੇ ਸਾਰੀ ਇਨਫੋਰਮੇਸ਼ਨ ਪਿੱਛੇ ਦੇ ਦੇਣੀ ਵੀ ਉਹ ਬੰਦਾ ਮੇਲੇ ਚ ਘੁੰਮਦਾ ਤੇ ਚੱਕ ਲਓ ਹੀ ਨਹੀਂ ਸਮਝ ਗਏ ਨਾ ਬਈ ਸਮਾਂ ਵੀ ਨਹੀਂ ਜ਼ਿਆਦਾ ਲੱਗਣਾ ਸਕਿੰਟਾਂ ਦੀ ਗੇਮ ਐ ਸਾਰੀ ਸਕਿੰਟਾਂ ਦੀ ਜਿਹੜਾ ਜਿਹੜਾ ਐਨਕਾਂ ਦੇ ਅੱਗੇ ਆਈ ਗਿਆ ਇਹਨਾਂ ਦੇ ਕਿਤੇ ਵੀ ਹੋਵੇ ਕਿੰਨਾ ਵੀ ਰਾਚੋਵੇ ਨਾਲ ਦੀ ਨਾਲ ਸਕਿੰਟੋ ਸਕਿੰਟੀ ਸਾਰੀ ਇਨਫਾਰਮੇਸ਼ਨ ਪਿੱਛੇ ਆਫਸਿਸ ਚ ਜਾਈ ਜਾਣੀ ਆ ਉਹ ਬੰਦੇ ਦੀ ਤਸਵੀਰ ਜਾਈ ਜਾਣੀ ਅਪਰਾਧਿਕ ਡਾਟਾ ਨਿਕਲੀ ਆਉਣਾ ਪੀ ਤੇ ਆ ਕੇਸ ਆ ਇੱਥੇ ਆ ਕੇਸ ਆ ਵੀ ਯਾਰ ਚੀਨ ਵਾਲੇ ਬਾਈ ਜੀ ਸੱਚੀ ਏ ਏਲੀਅਨ ਨਹੀਂ ਐ ਬੰਦੇ ਨਹੀਂ ਗੇ ਸੋਚ ਕੇ ਦੇਖਿਓ ਕਹਿਣ ਨੂੰ ਤਾਂ ਗੱਲ ਮਾਮੂਲੀ ਜੀ ਲੱਗਦੀ ਆ ਹਨਾ ਪਰ ਸੋਚ ਕੇ ਦੇਖਿਓ ਸਕਿੰਟੋ ਸਕੈਂਟੀ ਐਨ ਕਾ ਮੋਰੇ ਲੱਖਾਂ ਦੇ ਹਿਸਾਬ ਨਾਲ ਲੋਕ ਤੇ ਉਹਨਾਂ ਦਾ ਲੱਖਾਂ ਦਾ ਹੀ ਡਾਟਾ ਪਿੱਛੇ ਜਾਈ ਜਾਂਦਾ ਸਕਿੰਟੋ ਸੈਂਕੈਂਟੀ ਉਹਨਾਂ ਦੀਆਂ ਫੋਟੋਆਂ ਸਾਰਾ ਕੁਝ ਬਹੁਤ ਵੱਡੀ ਗੱਲ ਆ ਤੇ ਹਾਂ ਜੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਤੇ ਮੈਂ ਕਿਉਂ ਕਹਿੰਦਾ ਰਹਿਣਾ ਵੀ ਅਮਰੀਕਾ ਨੇ ਆਪ ਹੀ ਅਟੈਕ ਕਰਾਇਆ ਸੀ ਹੈਨਾ ਹਰ ਇੱਕ ਦੀ ਸੋਚ ਨਹੀਂ ਮਿਲਦੀ ਹੁੰਦੀ ਜੇ ਤੁਹਾਨੂੰ ਮਹਿਸੂਸ ਹੁੰਦਾ ਅਮਰੀਕਾ ਨੇ ਨਹੀਂ ਬਈ ਲਦੀਨ ਨੇ ਕੀਤਾ ਸੀ ਉਹ ਤੁਹਾਡੀ ਸੋਚ ਆ ਤੁਹਾਨੂੰ ਮੁਬਾਰਕਾ ਹਾਂ ਜੀ ਤੇ ਆ ਦੇਖੋ ਜੀ ਪਹਿਲਾਂ ਤਾਂ ਤੁਹਾਨੂੰ ਦਿਖਾਉਣਾ ਅਮਰੀਕਾ ਦੀ ਮਿਲਟਰੀ ਕਿੱਥੇ ਕਿੱਥੇ ਬੈਠੀ ਆ ਦੁਨੀਆ 'ਚ ਆ ਹੈਗਾ ਜੀ ਦੁਨੀਆ 'ਚ ਅਮਰੀਕਾ ਦੀ ਮਿਲਟਰੀ 750 ਬੇਸ ਆ ਇਹਨਾਂ ਦੇ 80 ਤੋਂ ਵੱਧ ਕੰਟਰੀਆਂ 'ਚ ਦੇਖੋ ਜੀ ਸਾਰਾ ਹੀ ਸਾਰੀ ਦੁਨੀਆ ਸਾੰਭੀ ਬੈਠੇ ਅਮਰੀਕਾ ਵਾਲੇ ਆ ਦੇਖੋ ਜੀ ਤੇ ਇਹਨਾਂ ਦੇ ਹਜ਼ਾਰਾਂ ਨਹੀਂ ਲ ਜਿੱਥੇ ਮੈਂ ਕੰਮ ਕੀਤਾ ਅਰਫਜਾਨ ਚ ਬਹੁਤ ਪੁਨਾਂ ਦੀ ਫੌਜ ਬੈਠੀ ਯਾਰਮੀ ਦੀ ਉੱਥੋਂ ਵੀ ਮੈਂ ਥੋੜੀ ਜੀ ਅੰਗਰੇਜ਼ੀ ਸਿੱਖੀ ਸੀ ਗੋਰੀਆਂ ਨਾਲ ਬੱਥਾ ਮਾਰ ਕੇ ਅਰਫਜਾਨ ਮੈਂ ਜਾਂਦਾ ਰਿਆਂ ਜਿਹੜੇ ਕਵੇਤ ਐ ਉਹਨਾਂ ਨੂੰ ਪਤਾ ਹੋਣਾ ਅਰਫਜਾਨ ਕੈਂਪ ਕਿਹੜਾ ਆ ਉਹ ਦੇਖੋ ਕਵੇਤ ਵੀ ਲਿਖਿਆ ਹਨਾ ਸੋ ਕਵੇਤ ਜਿੱਨਾਂ ਦੀ ਕਿੰਨੀ ਪੁਲਿਸ ਬੈਠੀ ਆ ਹਨਾ ਸਾਊਦੀ ਚ ਬੈਠੇ ਤੁਰਕੀ ਇਟਲੀ ਜਰਮਨ ਇੰਗਲੈਂਡ ਸਪੇਨ ਅਮਰੀਕਾ ਕਿਊਬਾ ਦੇਖੋ ਫੁਦੇਲ ਕਾਸਟਰੋ ਦੇਖੋ ਕਿਊਬਾ ਕਿਊਬਾ ਚ ਕਿੱਦਾਂ ਜਾ ਬੜੇ ਇਹ ਹਨਾ ਤੇ ਹੁਣ ਗ੍ਰੀਨਲੈਂਡ ਤੇ ਤਾਂ ਜਾ ਨਹੀਂ ਸਕਦੇ ਹਨਾ ਤੇ ਪੇਰੂ ਮਤਲਬ ਕੋਈ ਕੋਈ ਵੀ ਮਹਾਦੀਪ ਹੀ ਨਹੀਂ ਛੱਡਿਆ ਨਹੀਂ ਏਸ਼ੀਆ ਯੂਰਪ ਲਾਟਿਨ ਅਮਰੀਕਾ ਇੱਧਰ ਆਸਟ੍ਰੇਲੀਆ ਨਿਊਜ਼ੀਲੈਂਡ ਸਾਊਥ ਕੋਰੀਆ ਜਪਾਨ ਸਭ ਤੋਂ ਵੱਡੀ ਗੱਲ ਮੈਂ ਇਹੀ ਕਹਿਣਾ ਹੁੰਦਾ ਬਾਈ ਜੀ ਜਿਹੜੇ ਦੂਰੇ ਕਾਮਯਾਬ ਕਿਹੜੀ ਗੱਲੋਂ ਅਸੀਂ ਉਹੀ ਆਪਣੇ ਪਿੰਡਾਂ ਵਾਲੇ ਵੀ ਤੂੰ ਸਾਡੀ ਵੱਟ ਵੱਡੀ ਸੀ ਆਪਾਂ ਤੈਨੂੰ ਬੁਲਾਉਣਾ ਨਹੀਂ ਸਾਰੀ ਉਮਰ ਭਰਾਓ ਇਦਾਂ ਨਹੀਂ ਕਾਮਯਾਬੀਆਂ ਮਿਲਦੀਆਂ ਸੰਸਾਰ ਜੁੱਧ ਵਿੱਚ ਸਭ ਤੋਂ ਵਿਰੋਧੀ ਜਾਪਾਨ ਸੀ ਅਮਰੀਕਾ ਦਾ ਜਾਪਾਨ ਨੇ ਕਿਹਾ ਜਾਂਦਾ ਵੀ ਟੈਕ ਕੀਤਾ ਪਰ ਹਾਰ ਹਾਰਬਰ ਤੇ ਉਹ ਵੀ ਨਹੀਂ ਆਪੀ ਕਰਾਇਆ ਸੀ ਉਹ ਵੀ ਵੱਖਰੀ ਗੱਲ ਹੈ ਉਹ ਵੀ ਫੇਰ ਦੱਸਾਂਗੇ ਸਭ ਤੋਂ ਵੱਧ ਇਹਨਾਂ ਦੇ 53000 ਫੌਜੀ ਜਾਪਾਨ 'ਚ ਬੈਠਾ ਜਿਹੜਾ ਕਿ ਇਹਦਾ ਵਿਰੋਧੀ ਸੀ ਅਮਰੀਕਾ ਦਾ ਵਿਸ਼ਵ ਜੁੱਧ 'ਚ ਤੇ ਦੂਜੇ ਪਾਸੇ ਅੱਧਰ ਆਪਣਾ ਜਰਮਨ ਹੈ ਜਿਹੜਾ ਵਿਰੋਧੀ ਸੀ ਸਭ ਤੋਂ ਵੱਡਾ ਹਿਟਲਰ ਹੈ ਤੇ ਸਭ ਤੋਂ ਵੱਧ ਇਹਨਾਂ ਦੇ ਫੌਜੀ ਜਰਮਨ ਤੇ ਜਾਪਾਨ ਚ ਹੀ ਬੈਠੇ ਆ ਸੋ ਕਹਿੰਦਾ ਭਾਵੇਂ ਆ ਬਾਈ ਜੀ ਆ ਇਟਲੀ ਵੀ ਸੀ ਸੱਚ ਜਰਮਨ ਦੇ ਨਾਲ ਵਿਸ਼ਵ ਯੁੱਧ ਚ ਅਮਰੀਕਾ ਦੇ ਵਿਰੋਧ ਚ ਹਨਾ ਸੋ ਕਹਿੰਦਾ ਭਾਵੇਂ ਆ ਬਾਈ ਜੀ ਗੋਰੇ ਕਾਮਯਾਬ ਤਾਂ ਹੀ ਆ ਇਹ ਭੁੱਲ ਭੁੱਲ ਜਾਂਦੇ ਪਿਛਲੀਆਂ ਗੱਲਾਂ ਇਹ ਦੇਖਦੇ ਸਾਨੂੰ ਫਾਇਦਾ ਕਿੱਥੋਂ ਅਸੀਂ ਉਹੀ ਤੂੰ ਸਾਡੀ ਵੱਟ ਤੇ ਚੜਿਆ ਸੀ ਤੂੰ ਸਾਡੀ ਵੱਟ ਕੀ ਕਹਿੰਦੇ ਹੁੰਦੇ ਆ ਵੱਡੀ ਸੀ ਤੂੰ ਸਾਡੇ ਤੁਸੀਂ ਖੇਤਾਂ ਨੂੰ ਪਾਣੀ ਲਾਇਆ ਤੁਹਾਡਾ ਪਾਣੀ ਸਾਡੇ ਮਟਰਾ ਚ ਆ ਗਿਆ ਸੀ ਭੈ ਬੋਲਦੇ ਨਹੀਂ ਆਪਣੇ ਵਾਲੇ ਸਾਰੀ ਉਮਰ ਉਹ ਭਰਾਵੋ ਕੁਝ ਨਹੀਂ ਰੱਖਿਆ ਨਿਕੀਆਂ ਨਿਕੀਆਂ ਗੱਲਾਂ ਚ ਕੁਝ ਨਹੀਂ ਲੈ ਜਾਣਾ ਇੱਥੋਂ ਸੋ ਭੁੱਲ ਭੱਲ ਕੇ ਪਿਛਲੀਆਂ ਗੱਲਾਂ ਗੁੱਲਾਂ ਬਲਾ ਬਲੂ ਲਿਆ ਕਰੋ ਤੇ ਮੈਂ ਵੀ ਮੇਰੇ ਵੱਲੋਂ ਵੀ ਜੇ ਕੋਈ ਮੇਰੇ ਨਾਲ ਗਿਲੇ ਗੁੱਸੇ ਆ ਲੱਖਾਂ ਲੋਕਾਂ ਸਾਹਮਣੇ ਕੰਨ ਫੜ ਕੇ ਸੌਰੀ ਆ ਬਾਈ ਜੀ ਹੈ ਨਾ ਜੇ ਕਿਸੇ ਦਾ ਕਦੀ ਦਿਲ ਦਿਖਾਇਆ ਹੋਵੇ ਕੁਝ ਨਹੀਂ ਲੈ ਜਾਣਾ ਦੁਨੀਆਦਾਰੀ ਤੋਂ ਤੇ ਹੁਣ ਤੁਹਾਨੂੰ ਦਿਖਾਉਣੇ ਆ ਆ ਦੇਖੋ ਆ ਮਿਲਟਰੀ ਇਹਨਾਂ ਦੀ ਹੁਣ ਮਤਲਬ ਆ ਬਾਕੀ ਹੁਣ ਮਹਾਦੀਪਾਂ ਦੇ ਹਿਸਾਬ ਨਾਲ ਦਿਖਾਉਣੇ ਆ ਦੇਖੋ ਆ ਦੇ ਕੋਈ ਦੇ ਛੱਡਿਆ ਯਾਰ ਹੀ ਨਹੀਂ ਜਾਰਡਨ ਸਰੀਆ ਕੁਐਤ ਜੁਏਈ ਬਹਿਰੀਨ ਹੈ ਨਾ ਛੱਡਿਆ ਕੋਈ ਸਾਰੇ ਪਾਸੇ ਆ ਅ ਵਿੱਚ ਗਿਣਤੀ ਵੀ ਲਿਖੀ ਹੋਈ ਇਹਨਾਂ ਦੀ ਹੈ ਨਾ ਤੇ ਆ ਹੈਗੀ ਆ ਯੂਰਪ ਚ ਕਿੱਥੇ ਕਿੱਥੇ ਜਰਮਨ ਇੰਗਲੈਂਡ ਇਟਲੀ ਸਪੇਨ ਤੁਰਕੀ ਪੋਲੈਂਡ ਯੂਕਰੇਨ ਬੇਲਾਰੂਸ ਆਇਰਲੈਂਡ ਜਿਨ੍ਹਾਂ ਦੇ 19 ਫੌਜੀ ਬੈਠੇ ਆ ਨੌਰਵੇ ਰਸ਼ੀਆ ਹੈ ਕੋਈ ਦੇਸ਼ ਛੱਡਿਆ ਪਤੰਦਰਾਂ ਨੇ ਕੋਈ ਦੇਸ਼ ਨਹੀਂ ਛੱਡਿਆ ਸਾਰੀ ਦੁਨੀਆ ਚ ਬੈਠੇ ਆ ਤੇ ਬਾਕੀ ਜਾਂਦੇ ਜਾਂਦੇ ਬਾਈ ਜੀ ਗਿਲਾ ਆ ਤੁਹਾਡੇ ਨਾਲ ਪੰਜਾਬੀ ਉਹ ਦੇਖ ਲਓ ਮੈਂ ਕੱਲ 4-5 ਵਾਰੀ ਲਾਈਵ ਹੋਇਆ ਆਪਣਾ ਸੰਗ ਪੜਾਇਆ ਬਿਮਾਰ ਹੋ ਗਿਆ ਥੋੜਾ ਜਿਹਾ ਪਰ ਤੁਸੀਂ ਯਾਰ ਤੁਸੀਂ ਵੀ ਇਹਦਾ ਭਰਾਵੋ ਜਮੂਰ ਆਇਆ ਸਾਨੂੰ ਹਸਾਉਂਦਾ ਹੱਸ ਕੇ ਚਲ ਜੀਦਾ ਆ ਤੇ ਘਟੋ ਵੱਟ ਲੱਖਾਂ ਲੋਕਾਂ ਨੇ ਆਪਣੀ ਵੀਡੀਓ ਦੇਖੀ ਤੇ 700 ਬੰਦੇ ਨੇ ਜਸਟ ਕਲਿੱਕ ਕੀਤੀ ਕੱਲ 700 ਬੰਦੇ ਨੇ ਯਾਰ ਹੱਦ ਆ 15 ਲੱਖ ਲੋਕਾਂ ਨੇ ਵੀਡੀਓ ਦੇਖੀ ਤੇ 700 ਨੇ ਕਲਿੱਕ ਕੀਤੀ ਮੈਨੂੰ ਵੀ ਆਪਣੇ ਆਪ ਨੂੰ ਸ਼ਰਮ ਆ ਜਾਂਦੀ ਹੈ ਨਾ ਚਲੋ ਪਿਆਰ ਤਾਂ ਤੁਸੀਂ ਕਰਦੇ ਆ ਕਿੰਨੇ ਭਾਜੀ ਗੰਦੀ ਦੇ ਤੱਥ ਦੱਸੇ ਹੁਣ ਨਹਿਰੂ ਦੇ ਵੀ ਲਿਆ ਮូរਿੰਦਰ ਦੇ ਵੀ ਬਾਦਲਾਂ ਦੇ ਯਾਰ ਸਾਰਿਆਂ ਦੇ ਤੱਥ ਨੇ ਮੋਦੀ ਦੀ ਤਾਂ ਕਰਾਈ ਹੋਇਆ ਤੇ ਤੁਸੀਂ ਵੀ ਯਾਰ ਥੋੜੀ ਜੀ ਸਪੋਰਟ ਕਰਦੇ ਆ ਕਰੋ ਕਿੰਨਾ ਕੰਮ ਆ ਯਾਰ ਕਲਿੱਕ ਦਾ 5 ਸਕਿੰਟ ਤੋਂ ਵੀ ਘੱਟ ਦਾ ਟਾਈਮ ਲੱਗਦਾ ਕਮੈਂਟ ਨਾਲੋਂ ਘੱਟ ਟਾਈਮ ਲੱਗਦਾ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਨਾ ਕਮੈਂਟ ਤੋਂ ਵੀ ਘੱਟ ਟਾਈਮ ਲੱਗਦਾ ਭਰਾਵੋ ਆ ਦੇਖੋ ਜੀ ਆਇੰਦੀ ਰੇਡੀਓ ਮੈਂ ਲਿੰਕ ਹਰੇਕ ਵੀਡੀਓ ਤੇ ਪਾਇਆ ਹੁੰਦਾ ਜੇ ਮੰਨ ਲਓ ਖੁਦਾਨਾ ਖਾਸ ਤਾਂ ਨਹੀਂ ਓਪਨ ਹੁੰਦਾ Google ਤੇ ਸਰਚ ਤਾਂ ਕਰ ਲਈ ਆਉਂਦਾ 3w ਭਰ ਕੇ indi radio.ca ਭਰ ਕੇ ਆ ਲਓ ਜੀ ਅ ਅੱਜ ਮੈਂ ਐਡਮੈਂਟਨਾ ਆ ਜਿੱਥੇ ਦੇ ਲੋਕੇਸ਼ਨ ਦੇ ਹਿਸਾਬ ਨਾਲ ਐਡ ਆਉਂਦੀ ਹੈ ਹਨਾ ਤੁਸੀਂ ਕਿਹੜੇ ਦੇਸ਼ 'ਚ ਆ ਉੱਥੇ ਦੇਸ਼ ਦੇ ਹਿਸਾਬ ਨਾਲ ਐਡ ਆਉਂਦੀ ਹੈ ਹਮੇਸ਼ਾ ਹਨਾ ਤੇ ਆ ਦੇਖੋ ਜੀ ਆ ਇੱਕ ਸਿਰੇ ਤੇ ਐਡ ਆਉਣੀ ਆ ਤੇ ਇੱਕ ਮੇਰੇ ਸਿਰ ਤੇ ਕਿੰਨਾ ਕੰਮ ਆ ਆ ਕਾਂਟਾ ਜਿਹੜਾ ਇਹ ਐਡ ਦੀ ਨਿਸ਼ਾਨੀ ਹੁੰਦੀ ਹੈ ਹਨਾ ਸੋ ਕਾਂਟੇ ਤੇ ਨਿੱਕਲੇ ਕਰਨਾ ਗੱਬੇ ਕਲਿੱਕ ਕਰਨਾ ਹਲੋ ਜੀ ਤੇ ਵਿਜ਼ਿਟ ਸਾਈਟ ਜੈਸ ਲਓ ਹਨਾ ਉਨੀ ਕੜਾ ਤੁਹਾਡੇ ਪੈਸੇ ਕੱਟ ਲੈਣੇ ਜਾਂ ਡਾਟਾ ਉੜ ਜਾਣਾ ਕੀ ਹੋ ਜਾਣਾ 1 ਸਕਿੰਟ ਦਾ ਕੰਮ ਹੈ ਤੇ ਅੱਜ ਇੱਥੇ ਮੇਲਾ ਆਇਆ ਜੀ ਤੁਹਾਨੂੰ ਮੇਲਾ ਦਿਖਾਉਣੇ ਆਪਣੇ ਸਰਬਜੀ ਚੀਮਾ ਭਾਜੀ ਤੇ ਕਲੇਰ ਕੰਠ ਭਾਜੀ ਪਾਉਨੇ ਆ ਫਿਰ ਭੰਗੜੇ ਉਹਨਾਂ ਦੇ ਨਾਲ ਜਾ ਕੇ ਐਡਮੈਂਟਨ ਆਇਆ ਹੋਇਆ ਤੇ ਆਪਣੇ ਗਰਚਾ ਵੀਰ ਤੇ ਰਾਜਾ ਐਡਮੈਂਟਨ ਟੋਇੰਗ ਵਾਲੇ ਭਾਜੀ ਤੇ ਸਨੀ ਸਾਬੀ ਵੀਰ ਦਾ ਵੀ ਥੈਂਕ ਯੂ ਸਾਬੀ ਵੀਰ ਦੇ ਘਰੇ ਆ ਹੁਣ ਮੈਂ ਆਹ ਸੁੱਤਾ ਪਿਆ ਸੀ ਉੱਠਿਆ ਆ ਦੇਖੋ ਜੀ ਇਦਾਂ ਦੇ ਲੋਕੇਸ਼ਨ ਦੇ ਹਿਸਾਬ ਨਾਲ ਆ ਡਾ ਜਾਂਦੀ ਇੰਨਾ ਕੰਮ ਹੈ ਯਾਰ ਕਰਦੇ ਆ ਕਰੋ ਹਨਾ ਬਾਰ ਬਾਰ ਫੇ ਕਹਿੰਦਾ ਚੰਗਾ ਵੀ ਨਹੀਂ ਲੱਗਦਾ ਹਨਾ ਤੇ ਜਾਂਦੇ ਜਾਂਦੇ ਇੱਕ ਚੀ ਉਰ ਦੇ ਘਾਦਵਾ ਹਨਾ ਤੇ ਹੁਣ ਮੈਂ ਮੜ ਜਾ ਬਾਹਰ ਨੂੰ ਚੱਲਾਂ ਤੇ ਬਾਹਰ ਜਾ ਕੇ ਫੇਰ ਵੀਡੀਓ ਬਣਾਉਣਾ ਹਨਾ ਤੁਹਾਨੂੰ ਦਿਖਾਉਣੇ ਆ ਇੱਥੇ ਐਡਮਿੰਟਨ ਦਾ ਹੋਰ ਸਿਸਟਮ ਤੇ ਆ ਦੇਖੋ ਜੀ ਇੱਕ ਸਕਿੰਟ ਰੁਕ ਜਾ ਹੁਣ ਜੇ ਲੱਗੇ ਆ ਤਾਂ ਸਾਨਨ ਕਲਾਸਸ ਨਿਕਲੀ ਜਾਂਦੇ ਚਲੋ ਛੱਡੋ ਜੋ ਵੀ ਆ ਓਕੇ ਜੀ ਸਾਰਿਆਂ ਸਸ਼ਰੀਕਾ ਲਿੰਕ ਪਾਉਣਾ ਸਾਰੇ ਕਲਿੱਕ ਕਰ ਦਿਓ ਵੀਡੀਓ ਸ਼ੇਅਰ ਕਰਿਓ ਬਦੋ ਬਦ ਪੇਜ ਫੋਲੋ ਕਰੋ ਲਿੰਕ ਜ਼ਰੂਰ ਕਲਿੱਕ ਕਰਿਓ ਪਾਉਣਾ ਮੈਂ ਕਮੈਂਟਾਂ 'ਚ ਤੇ ਸਟੇਟਸ 'ਚ ਤੇ ਸਾਰਿਆਂ ਸਸ਼ਰੀਕਾ ਦੁਪਹਿਰ ਨੂੰ ਫੇਰ ਲਾਈਵ ਹੋਣੇ ਆ ਤੇ ਹੁਣ ਮੈਂ 1 ਘੰਟੇ ਤੱਕ ਫੇਰ ਬਾਹਰ ਜਾ ਕੇ ਲਾਈਵ ਹੋਣ ਲੱਗਾ ਤੁਹਾਨੂੰ ਇੱਕ ਹੋਰ ਸਿਸਟਮ ਦਿਖਾਉਣਾ ਇੱਥੇ ਦਾ ਹੱਸਦੇ ਰਹੋ ਬਸਦੇ ਰਹੋ ਜਦ ਤੱਕ ਕਲਿੱਕ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਪੇਜ ਫੋਲੋ ਕਰ ਦਿਓ ਮਿਲਦੇ ਆ ਅਡਿਓਸ